ਅਲੈਕੁਮ ਕਿਮ ਕਿਆ ਲੈ ਤੁਸਾ ਸਾਰਿਆਂ ਦਾ ਅੱਜ ਦਾ ਵਲੌਗ ਥਿੰਦਾ ਪਏ ਸ਼ੁਰੂ ਅੱਛਾ ਜੀ ਇਹ ਮੇਰੇ ਨੀਣਾੜ ਕਪੜੇ ਮੰਗਵਾਏ ਹਨ ਮੈਨੂੰ ਤਾਂ ਇਹ ਜੀ ਪਾਰਸਲ ਆ ਗਏ ਖੈਰ ਖਰੀਅਤ ਨਾਲ ਇੱਕ ਸੂਟ ਆ ਗਏ ਇੱਕ ਆਮੜਾ ਅੱਛਾ ਜੀ ਇੱਥੇ ਅੱਜ ਸੀੜੀਆਂ ਦੀ ਸਫਾਈ ਸ਼ੁਰੂ ਥਿੰਦੀ ਪਈ ਮੈਂ ਆਪਣੇ ਕਮਾਲੀ ਮਾਸੇ ਕੁਆਕੇ ਕਿ ਜਲਦੀ ਨਾਲ ਮੇਕੂ ਸੀੜੀਆਂ ਧੋ ਕੇ ਦੇ ਅੱਛਾ ਹੁੰਦੀ ਧੀ ਵੀ ਨਾਲ ਵਧੀ ਹੈ ਕਾਫੀ ਸਾਰੇ ਸਿੱਕੇ ਮੇਰੇ ਕੋਲ ਜਮ੍ਹਾਂ ਥਿੰਦੇ ਪੈਨ ਮੈਂ ਕਿ ਚੱਲ ਤੂੰ ਘਿੰਦ ਰਵਾਨਾ ਥੀ अच्छा जी तो मैं मैगी वास्ते मंगवाया है शैम्पू ते कंडीशनर उकूम मैं खोली बैठीया उन्हा ਨਾਲ ਛੋਟੀ ਜਈ ਘੰਟੀ ਵੀ ਭੇਜੀਏ ਰਿਬਨ ਵੀ ਭੇਜਾ ਇਹਦੇ ਵਿੱਚ ਛੋਟਾ ਜਿਹਾ ਘੁੰਗਰੂ ਲਗਾਵਾਇਂ ਇੰਦੀ ਵਜ੍ਹਾ ਇਹ ਹੁੰਦੀ ਹੈ ਕਿ ਤੁਸੀਂ ਬਿੱਲੀ ਦੇ ਗੱਲੇ ਦੇ ਵਿੱਚ ਜੜੇ ਵੇਲੇ ਘਤੇ ਸੋਣਾ ਤੈ ਘੁੰਗਰੂ ਦੀ ਆਵਾਜ਼ ਆਸੀ ਤਾਂ ਕੋ ਪਤਾ ਲੱਗਸੀ ਕਿ ਤੁਹਾਡੀ ਬਿੱਲੀ ਘਰ ਦੇ ਕਿਹੜੇ ਕੋਨੇ ਦੇ ਵਿੱਚ ਵਧੀਏ ਤੇ ਗਸ਼ਤ ਕਰਨ ਦੀ ਵਧੀਆ اچھا ਜੀ ਉਹ ਖੂਬਸੂਰਤ ਜਿਆ ਨਾਲੋ ਨਾ ਇੱਕ ਫੋਲ ਵੀ ਦਿੱਤਾ ਆ ਅੱਛੀ ਕੰਡੀਸ਼ਨਰ ਵੀ ਆ ਗਏ ਮਿਸਟਰ ਮੈਗੀ ਦਾ ਤੇ ਸ਼ੈਂਪੂ ਵੀ ਆ ਗਏ ਨਾਲ ਉਹਦੇ ਜ਼ੇਵਰਾਤ ਵੀ ਪਹੁੰਚ ਗਨ ਖੈਰ ਖਰੀਅਤ ਨਾਲ ਇਹ ਹੈ ਜੀ ਉਹਦਾ ਸ਼ੈਂਪੂ ਬਹੁ ਹੀ ਖੁਸ਼ਬੂਦਾਰ ਸ਼ੈਂਪੂ ਹੈ ਪਿਆ ਇਹ ਹੈ ਜੀ ਕੰਡੀਸ਼ਨਰ ਕੰਡੀਸ਼ਨਰ ਜਿਹੜੇ ਵੇਲੇ ਲਕਸੀ ਮੈਗੀ ਨੂੰ ਤਾਂ ਉਹਦੇ ਨਾਲ ਡੂ ਕਮ ਸੀ ਸਨ ਜਾਂ ਤਾਂ ਵਾਲ ਬਹੁਤ ਸੋਹਣੇ ਥੀ ਵੈਸਨ ਜਾਂ ਢਾਈ ਵੈਸਨ ਇਹੋ ਹੀ ਕਮ ਸੀ ਸੀ ਕੰਡੀਸ਼ਨਰ ਲਾਉਣ ਨਾਲ ਅੱਲਾ ਖੈਰ ਕਰੇ ਲੈਸੋਂ ਯੂਜ਼ ਕਰੇ ਸੋ ਇਸਤੇਮਾਲ ਕਰੇ ਸੋ ਪਤਾ ਲੱਗ ਵੈਸੀ ਉਮੀਦ ਤਾਂ ਹੈ ਕਿ ਬਿਲਕੁਲ ਚੰਗਾ ਕੰਮ ਕਰੇ ਸੀ ਕਿਉਂਕਿ ਸਪੈਸ਼ਲ ਹੈ ਬਿੱਲੀਆਂ ਵਾਸਤੇ ਕੰਡੀਸ਼ਨਰ ਬਣਾਇਆ ਗਿਆ ਹੈ ਅਗਰ ਮੈਂ ਆਪਣੇ ਸਿਰ ਤੇ ਲਾਵਾਂ ਹਾਂ ਤਾਂ ਯਕੀਨਨ ਜਿਹੜੇ ਡੂ ਵਾਲ ਮੇਰੇ ਸਿਰ ਦੇ ਉਤੇ ਬੱਚੇ ਖੜੇ ਨੇ ਉਹ ਹੀ ਨਾ ਬੱਚੇ ਨਾ ਉਹ ਹੀ ਢਾਏ ਵਜੇ ਨਾ ਖੈਰ ਨਾਲ ਅੱਛਾ ਜੀ ਇਹ ਅੱਜ ਮੈਂ ਤਾਂ ਕੋਈ ਦਾ ਵੀ ਉਹ ਵੀ ਦੇ ਛੋੜਾ ਤਾਂ ਕੋਈ ਇੱਕ ਨਜ਼ਰ ਦਿਖਾ ਛੋੜਾ ਨਹੀਂ ਤਾਂ ਟਾਈਮ ਦੇਖੋ ਇਹ ਹੈ ਜੀ ਸਾਰੇ ਘਰ ਦੇ ਸਾਹਮਣੇ ਵਾਲੀ ਮਸਜਿਦ ਹੀ ਤਾਂ ਜਾਣਾ ਆਂਦੀ ਆਪਣੀਆਂ ਦੁਪਾਰਾਂ ਆਂਦੀ ਜਲਦੀ ਨਾਲ ਪੜਦੇ ਹੈ ਨਮਾਜ਼ ਗੀਤਾ ਜੀ ਨਮਾਜ਼ ਸ਼ੁਰੂ تھی ਚੁਕੀ ਹੈ ਬਸ ਖਤਮ تھی ਗਈ ਹੈ ਹੁਣ ਜੀ ਮੈਂ ਤੁਹਾਨੂੰ ਦਿਖਾਵਾਂ ਮੈਨੂੰ ਇਤਲਾ ਮਿਲੀ ਹੈ ਬਾਇ ਕਮਰੇ ਦੇ ਵਿੱਚ ਜੀ ਮੈਗੀ ਇਹ ਸ਼ੈਲਫ ਦੇ ਵਿੱਚ ਉਹ ਸਮਾਨ ਦੇ ਵਿੱਚ ਫਸਾ ਬੈਠਾ ਲੇਕਿਨ ਨੂੰ ਕੋ ਮਜ਼ਾ ਉਠੋਵਾਉਂਦਾ ਪਏ ਤੇ ਆਇ ਕੋ ਦੇਖ ਇੰਦਾ ਕੋ ਬਿਸਤਰ ਬਿਸਤਰ ਬੜਾਣਾ ਕਿਉਂਕਿ ਪਿਛਲੇ ਸਾਲ ਮੈਗੀ ਇਹੀ ਸ਼ੈਲਫ ਦੇ ਵਿੱਚ ਸੁਮਦਾਈ ਦੇਖੋ ਮੈਨੂੰ ਆਵਾਜ਼ ਦਿੱਤੀ ਹੈ ਤਾਂ ਕਿ ਮੈਂ ਦੇਖਣ ਲੱਗ ਗਏ ਮੈਗੂ ਮਿਲੋ ਬੀਬੀ ਮੈਗੂ आजो इहे बेबी देखो तो सही सारे चार्जर पड़े में इहो बई वारी शैल्फ में उन बिस्तर बि ला छोड़ क्यूकि उनजी सुम्हण जी जा इतां ई ही उहो कूथानस खे सुम्हण सां मज़ा आंदा पए डिठे वे मै त कुझु तरह उतरा ॾिखण लॻां उहो विला सुम सामान इ मोबाइला ते चार्जर लैपटॉप ते चार्जर सारियूं तारा वारा पीअण कूरथ घुस खे सुम्हण मज़ा आंदा पए खड़ो मै कुझु एक कढ़ेन आ कोशिश करेन की जिथा इ बिस्तरा लगा पाए इतना एक को बिल्हाँ आज मेकू आजो आजो, आजो मिलो बीबी ये लो ये है आपकी जगह भूल गए थे दूसरी शेल्फ में बैठे हुए थे इधर बैठो शाबाश अच्छा जी इतना दुबट्टे वगैरह निकले पे ये है जी मेरा पर्स मेरी ननाड़ से मैं वेंदे पे हैं बाजार काफ़ी मेरे ननाड़ को भेज हुए डिटे हुए ਉਹ ਤਾਂ ਇਵੇਂ ਟੁਰਦੀ ਵਹਿੰਦੀ ਜਿਵੇਂ ਮੈਨੂੰ ਜ਼ਿਆਦਾ ਉਹ ਕੁਝ ਜਲਦੀ ਹੋਵੇ ਅੱਛਾ ਜੀ ਜਲਦੀ ਨਾਲ ਸਭ ਬਾਜ਼ਾਰ ਪਹੁੰਚ ਗਏ ਜਟਪਟ ਜਿਵੇਂ ਕਿ ਤੁਸੀਂ ਦੇ ਦੇ ਪਏ ਕੱਪੜਿਆਂ ਦੀ ਦੁਕਾਨਾਂ ਤੇ ਆਸਾ ਪਹੁੰਚ ਚੁਕੇ ਹੈ ਇਹ ਤਾਂ ਮਾਸ਼ਾਅੱਲਾ ਹਰ ਕਲਰ ਦੇ ਕੱਪੜੇ ਹਰ ਡਿਜ਼ਾਈਨ ਦੇ ਕੱਪੜੇ ਦੇਖੋ ਕੜਹਾਈਆਂ ਦੇਖੋ ਕਮੀਜ਼ਾ ਆਸਾ ਕਮੇ ਉਹਨਾਂ ਕਨ ਸੂਟ ਮੰਗਦੇ ਪਏ ਐਸੇ ਕਿ ਵੀ ਉਹ ਕੜਾਈ ਵਾਲੇ ਦਿਖਾਉਂਦੇ ਦੇਖੋ ਕਿਵੇਂ ਰੰਗ ਬਰੰਗੇ ਕਿਸਮ ਦੇ ਕੱਪੜੇ ਕੱਢ ਕੇ ਆ ਗਏ 80 ਪਿੰਕ ਦਾ ਵੀ ਕਾਫੀ ਸੋਹਣਾ ਸੂਟ ਹੈ ਬਹਰ ਹਾਲ ਇਹਦਾ ਦੁਪੱਟਾ ਜ਼ਿਆਦਾ ਪਿਆਰਾ ਹੈ ਸੂਟ ਕਰਨ ਨੂੰ ਅੱਛਾ ਇਹਨੂੰ ਮੈਂ ਤਾਂ ਕੋ ਦਿਖਾਈ ਖੜੀਆਂ ਫੈਂਸੀ ਕਪੜੇ ਇਹ ਜ਼ਿਆਦਾਤਰ ਜੂਸ ਥਿੰਦੇ ਨੇ ਮੈਕਸੀਆਂ ਦੇ ਵਿੱਚ ਜਿਵੇਂ ਸ਼ਾਦੀਆਂ ਦਾ ਕੋਈ ਇਵੈਂਟ ਹੋਵੇ ਨਾ ਮੈਕਸੀ ਵਗੈਰਾ ਤਾਂ ਕੋ ਬੜਾਵਣਾ ਹੋਵੇ ਕੋਈ ਲਹਿੰਗਾ ਵਗੈਰਾ ਬੜਾਵਣਾ ਹੋਵੇ ਤੇ ਨੈਟ ਦਾ ਕਪੜਾ ਉਹਦੇ ਉਹਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ ਬਹਿਰਹਾਲ ਸਾਰੀ ਸ਼ਾਪਿੰਗ ਥੀ ਗਈ ਹੈ ਝਟਪਟ ਅਸਲ ਲੱਥੇ ਵੈਂਦੇ ਹੈ ਵਲਾ ਹੇਟ ਵਲਾ ਵਲਾ ਇਸਾ ਕੋ ਬੈਡ ਸ਼ੀਟ ਵਾਲੀਆਂ ਦੁਕਾਨਾਂ ਦੇ ਉਤੇ ਬੈਡ ਸ਼ੀਟਾਂ ਵਨ ਕੇ ਡਿਠੀਆਂ ਸੇ ਮਾਸ਼ਾਅੱਲਾ ਬਹੁਤ ਪਿਆਰੇ ਬੈਡ ਸ਼ੀਟਾਂ ਹਨ ਪਈਆਂ ਉਨੋ ਜੀ ਮੇਰੇ ਰੋਟੀਆ ਵਾਲੇ ਕਪੜੇ ਵੀ ਖਰਾਬ ਥਾਇ ਵਧਿਆ ਉਥਾ ਵਣਕੇ ਤੌਲੀਆ ਵਾਲੀ ਦੁਕਾਨਾ ਤੇ ਉਤੇ ਵਣਕੇ ਰੋਟੀਆਂ ਦੇ ਕਪੜੇ ਕਿਥੇ ਸੇ ਉਹ ਪੈਕ ਕਰਵਾਏ ਸੇ ਇਹ ਜੀ ਵਲਾਸਾ ਕੋ ਘਿੜਨੇ ਹੈ ਜੀ ਲੋਨ ਦੇ ਕਪੜੇ ਇਹ ਤੁਸਾਂ ਮੈਂ ਤਾਂ ਕੋ ਰੰਗ ਲਿਖੇਂਦੀ ਪਈ ਕੋ ਦੇਖ ਕੇ ਤਾਂ ਗਰਮੀ ਡਬਲ ਥਿਮਣ ਲੱਗ ਗਈ ਰੰਗ ਕੋ ਦੇਖ ਕੇ ਬਸ ਖੈਰ ਪਾਵਣ ਵਾਲੇ ਤਾਂ ਪੈਂਦਨ ਖੈਰ ਸਾਕੂ ਕਿਆ ਅੱਛਾ ਜੀ ਦੁਪੱਟੇ ਵੀ ਘਿੰੜਲੇ ਹੈ, ਹੈਂਡ ਟਰੌਜ਼ਰ ਵੀ ਘਿੰੜਲੇ ਹੈ, ਦੁਪੱਟੇ ਪੀਕੋ ਵੀ ਕਰਨੇ ਹੈ ਨਸਾਂ ਕੇ ਜਾਂ ਛੜਵਾਉਂ ਜਿਵੇਂ ਜਿਵੇਂ ਤੁਹਾਨੂੰ ਪਤਾ ਹੈ ਕਿ ਰੋਜ਼ੇ ਜੋ ਹੈ ਨਾ ਵੱਧਦੇ ਵੇਂਦਾਰਾਂ ਦੇ ਬਾਜ਼ਾਰਾਂ ਦੇ ਵਿੱਚ ਰਸ਼ਵੀ شدید ਵੱਧਦਾ ਵੇਂਦਾਰਾਂ ਦਾ ਅੱਛਾ ਇਥੇ ਜੀ ਦੁਪੱਟੇ ਵਗੈਰਾ ਪੀਕੋ ਥੀ ਗਏ ਚਿੱਟੇ ਰੰਗ ਦੇ ਟਰੌਜ਼ਰ ਘਿੰੜਲੇ ਹਨ ਇਹ ਜੀ ਇੱਕ ਚਲਾਕੜਾ ਜੀਆਂ ਬਾਲ ਖੜਾ ਹੈ ਵਡੀਆਂ ਮਸਤੀਆਂ ਖੜਾ ਕਰੇਂਦਾ ਹੈ ਜੋ ਹੈ ਨਾ ਵੱਡੀਆਂ ਦੀਕਾਰ ਸਾ ਕੋ ਡੀਲ ਖੜਾ ਕਰੇਂਦਾ ਹੈ ਇਨੂੰ ਕੜਹਾਈਆਂ ਵਾਲੇ ਦੁਪੱਟੇ ਪੈਨ ਉਹ ਵੀ ਸਾਕੂ ਘਿੰਣੇ ਹਨ ਅੱਛਾ ਜੀ ਇਥਾ ਚਿੱਟੇ ਰੰਗ ਦੇ ਸਲਵਾਰਾ ਘਿੰਣੇ ਆ ਨੋ ਘਿੰ ਕਿ ਐਸਾ ਰਵਾਨਾ થઈ ਚੁਕੇ ਹਨ ਇਥੋ ਜੇ ਅਸਾਂ ਸੋਦੀਆਂ ਵਾਲੀ ਦੁਕਾਨ ਤੋਂ ਤੇ ਅੱਜ ਆ ਚੁਕੇ ਹਨ ਦੂਜਾ ਇਥੋਂ ਆਈਟਮ ਘਿੰਣੇ ਹਨ ਇਹ ਵੀ ਤਕਉਂ ਦਾ ਨਜ਼ਾਰਾ ਦਿਖੇਂਦੀ ਪਈਆ ਅੱਛਾ ਜੀ ਇਥੋਂ ਸਾਰਾ ਕਮਸ਼ਾ ਮੁਗ ਗ ਹੁੰਦਲਦੇ ਪਹਿ ਘਰ ਜਲਦੀ ਨਾਲ ਏ ਜੀ ਅਸ ਰਿਕਸ਼ੇ ਦੇ ਲੱਡੀਆਂ ਫੜੀਆਂ ਵੈਂਦੀਆਂ ਪਈਆਂ ਹੈ ਇਹ ਮੈਨੂੰ ਸੋਫੇ ਦੇ ਗੁਵਚਾਉਣ ਵਾਲਾ ਸੈਂਟਰ ਪੀਸ ਘਨੜਾ ਹੀ ਕਾਲੀਂ ਦਾ ਉਹ ਵੀ ਮੈਂ ਘਨ ਗਿਦਾ ਇਹ ਵੀ ਸਾਰਾ ਲੱਡਾ ਵੈਂਦਾ ਹੈ ਘਰ ਹੁਣ ਅਸਾ ਘਰ ਦੀ ਤਰਫ ਤੇ ਰਵਾਨਾ ਹੈ ਟਾਈਮ ਤੋਂ ਸਾਡੇ ਕੋਲ ਝਟਪਟ ਅਸਾ ਗਏ ਹੈ ਤਾਂ ਫੋਨ ਵਾਪਿਸ ਆ ਹੈ ਇਥਾ ਇਤਲਾ ਮਿਲੀ ਹੈ ਕਿ ਮੇਰੇ ਘਰ ਵਾਲਿਆ ਕਹੇ ਕਿ ਰੋਜ਼ ਵਾਸਤੇ ਫਰੂਟ ਵਗੈਰਾ ਖਤਮ થાય ਪੈਂ ਤਾਂ ਜੂਲ ਜਲਦੀ ਨਾਲ ਘਿੰ ਕੇ ਆਂਦੇ ਹੈ ਇਥਾ ਮੈਂ ਵਲਾਡੂ ਜੀ ਦਫਾ ਬਾਜ਼ਾਰ ਵਾਸਤੇ ਤਿਆਰ થઈ ਖੜੀਆਂ ਤਾਲਾਸ਼ਾ ਲਾ ਕੇ ਵਲਾ ਲੱਤੀ ਵੈਂਦੀ ਆ ਕਿਉਂਕਿ ਅੱਜ ਤੱਕ ਮੇਰੀ ਹਾਲਤ ਥੀ ਇਹ ਗਰਮੀ ਇਤਨੀ ਹੈ ਨਾ ਲੂ ਹੈ ਇਤਨੀ ਜ਼ਿਆਦਾ ਤੁਸੀਂ ਦੇ ਦੇ ਪਏ ਇੱਕ ਗਾੜੀ ਦੇ ਕਾਰ ਦੇ ਸ਼ੀਸ਼ੇ ਦੋ ਤੇ ਸਾਰੀ ਨੈਟ ਲੱਗੀ ਪਈਏ ਇਤਨੀ ਗਰਮੀ ਹੈ ਨਾ ਕਿ ਬਿਲਕੁਲ ਤਪੇ ਸ਼ਈ ਗਾੜੀ ਦੇ ਵਿੱਚ ਬਾਹਵਾਂ ਦਾ ਦਿਲ ਹੀ ਨਹੀਂ ਆਦਾ ਪਿਆ ਬਹਰ ਹਾਲ ਅਸਾ ਪਹੁੰਚ ਗਏ ਹੈ ਮੋਲਦੇਵ ਬਹਰ ਸ਼ਾਪਿੰਗ ਕਰ ਰਹੇ ਦੇ ਪਏ ਮੈਂ ਬਹੁੜੀ ਹਾਂ ਦੇ ਬਾਦ ਵਲੌਗ ਬੜੇਲੀ ਪਿਆ ਕਿਉਂਕਿ ਮੈਨੂੰ ਕਾਫੀ ਸਾਰੇ ਮੈਸੇਜ ਵੀ ਆਏ ਨੇ ਕਿ ਤੇਰੇ ਵਲੌਗ ਕਿਥੇ ਤੇਰੇ ਵਲੌਗ ਕਿਥਨ ਮੈਂ ਕਿ ਭਈ ਰੋਜ਼ਿਆਂ ਦਾ ਟਾਈਮ ਹੈ ਫੁਰਸਤ ਜ਼ਰਾ ਹੀ ਨਹੀਂ ਮਿਲਦੀ ਪਈ ਸੁਸਤੀ ਇਤਨੀ ਜ਼ਿਆਦਾ ਹੁੰਦੀ ਹੈ ਨਮਾਜ਼ ਵਗੈਰਾ ਪੜ੍ਹਨੀ ਹੁੰਦੀ ਹੈ ਬਹੁਤ ਸਾਰੇ ਕੰਮ ਹੁੰਦੇ ਨੇ ਜ਼ਰਾ ਵੀ ਟਾਈਮ ਨਹੀਂ ਮਿਲਦਾ ਪਿਆ ਕਿ ਮੈਂ ਕੋਈ ਵਲੌਗ ਵੀ ਬਣਾਵਾਂ ਬਹਿਰਾਲ ਜਿਵੇਂ ਤਿਵੇਂ ਕਰਕੇ ਅੱਜ ਮੈਂ ਕਾਫੀ ਸਾਰੇ ਲੋਗ ਲੋਗਾਂ ਨਾਲ ਜੋ ਹੈ ਨਾ ਪ੍ਰੋਮਿਸ ਕੀਤਾ ਹੈ ਕਿ ਅੱਜ ਇਨਸ਼ਾਅੱਲਾ ਵਲੌਗ ਆਸੀ ਅੱਜ ਤਾਂ ਮੈਂ ਵਲੌਗ ਬਣਾ ਕੇ ਤਾਂ ਕੋ ਦੇਂਦੀ ਪਿਆ ਇਨਸ਼ਾਅੱਲਾ ਕੱਲ ਵੀ ਆਸੀ ਪਰਸੋਂ ਵੀ ਆਸੀ ਮੈਂ ਕੋ ਜਿਵੇਂ ਜਿਵੇਂ ਟਾਈਮ ਮਿਲਸੀ ਸਿਰਫ ਰੋਜ਼ੀਆਂ ਦੀ ਵਜ੍ਹਾ ਨਾਲ ਡਿਲੇ ਥਿੰਦਾ ਵਾ ਅੱਛਾ ਜੀ ਤਾਂ ਸਾਰੀ ਸ਼ਾਪਿੰਗ ਕਰਕੇ ਖੈਰ ਖਰੀਦ ਨਾਲ ਅਸਾਂ ਘਰ ਵੀ ਪਹੁੰਚ ਗਏ ਹੈ ਇਹ ਉਹ ਵਾਲੇ ਸੌਦੇ ਜਿਹੜੇ ਮਹੀਨੇ ਦੇ ਦਰਮਿਆਨ ਦੇ ਵਿੱਚ ਖਤਮ ਥੀ ਵੈਂਦੇ ਨਾ ਤੇ ਉਹਦੀ ਸ਼ਾਪਿੰਗ ਕਰਨੀ ਹੈ ਜਿਵੇਂ ਜਿਵੇਂ ਸਮਾਨ ਮੁਕਦਾ ਵੈਂਦਾ ਰਹਿੰਦਾ ਵਲਾ ਵਲਾ ਵਨ ਕੇ ਚੱਕਰ ਲਾਉਣਾ ਪਉਂਦਾ ਹੈ ਫੂਟ ਵਗੈਰਾ ਵੀ ਘਿਣਣੇ ਹਨ ਰੋਜ਼ੇ ਵਾਸਤੇ ਅੱਛਾ ਜੀ ਇਹ ਹੈ ਸਾਡੀ ਮੁਖਤਸਰ ਜਿਹੀ ਸ਼ਾਪਿੰਗ ਅੱਜ ਹੀ ਮੈਗੀ ਵਾਸਤੇ ਮੈਂ ਕੋ ਨਵਾਂ ਖਾਣੇ ਦਾ ਉਹਦਾ ਪੈਕੇਟ ਨਜ਼ਰ ਆਇਆ ਮੈਂ ਕਿਹਾ ਚਲੋ ਜੀ ਇਹ ਬੀਫ ਪੂਰਾ ਇਹ ਬੀਫ ਦਾ ਹੈ ਉਹ ਬੰਗੂਜ਼ਿਆ ਦਾ ਸ਼ੌਕ ਨਾਲ ਖਾਂਦਾ ਹੈ ਬੀਫ ਦਾ ਖਾਣਾ ਇਹ ਦੇਦੇ ਪਏ ਵੇ ਗੰਡੇਰੀਆਂ ਇਹ ਸਿਰਫ ਮੈਂ ਖਾਸਾਂ ਅੱਛਾ ਜੀ ਪਤੀ ਵਤੀ ਸਰਫ ਹੈਂਡ ਵਾਸ਼ ਕੋਲਡ ਡਰਿੰਕ ਵਗੈਰਾ ਕਾਫੀ ਸਾਰੀਆਂ ਚੀਜ਼ਾਂ ਕਿਧੀਆਂ ਫਰੂਟ ਵਗੈਰਾ ਵੀ ਘਿੰਗੇ ਦਿਨ ਇੱਥਾ ਸਾਰੀ ਜੀ ਖੱਜੀ ਵੀ ਖਤਮ થઈ ਪਈ ਹੈ ਇਹ ਹੈ ਜੀ ਹਿੰਦਵਾਣਾ ਹਿੰਦਵਾਣੇ ਦੇ ਬਗੈਰ ਤਾਂ ਮੇਰਾ ਜੀ ਰੋਜ਼ਾ ਪੂਰਾ ਹੀ ਨਹੀਂ ਥਿੰਦਾ ਉਹਨੂੰ ਲਸਣ ਵੀ ਘਿੰਗੇ ਦਿਆ ਛੱਲਾ ਵਾਏ ਬਾਲਾਂ ਵਾਸਤੇ ਕੁਝ ਆਈਟਮ ਕਿਦਨ ਅੱਛਾ ਜੀ ਇਹ ਜੋ ਸਮਰ ਜ਼ਿਆਦਾ ਦਿਲ ਲਾ ਗਿਆ ਕਿ ਮੈਂ ਕੋ ਹਿੰਦਵਾਣਾ ਕੱਟ ਕੇ ਦੇ ਦਿਓ ਮੇ ਕੋ ਮੈਂ ਤਾਂ ਕੋ ਕੱਟ ਕੇ ਦੇਂਦੀ ਆ ਇਹ ਵਾਇ ਜ਼ਰਾ ਹਾਂਜੀ ਦਿਓ ਮੇ ਕੋ ਹਾਂ ਮੈਂ ਹੁਣੇ ਕੱਟ ਕੇ ਗਿੱਧੀ ਆਂਦੀ ਆ ਚੱਖੂ ਤਾਂ ਸਹੀ ਜ਼ਰਾ ਟਰਾਈ ਤਾਂ ਕਰੇ ਇਨ ਕੇ ਵੀ ਕੇ ਜਾਏ ਪਿਆ ਮਿੱਠਾ ਹੈ ਖਟਾ ਹੈ ਫਿੱਕਾ ਹੈ ਕੀ ਟਾਈਪ ਦਾ ਅੱਛਾ ਇਹ ਤਾਂ ਮੈਗੀ ਦਾ ਮੈਂ ਖਾਣਾ ਖੋਲ ਗਿੱਦਾ ਦੇ ਦੇ ਪਾਵੇ ਮੈਗੀ ਉਹਦੀ ਖੁਸ਼ਬੂ ਸੁਣ ਕੇ ਫੌਰਨ ਭੱਜ ਕੇ ਆ ਗਏ ਕਿਉਂਕਿ ਸੁੱਤਾ ਪਿਆ ਹੈ ਇਹ ਕੋ ਜੁਆ ਹੈ ਨਾ ਖਾਣਾ ਬਹੁਤ ਪਸੰਦ ਆਇਆ ਮੈਗੀ ਇਹ ਮੂਈਜ਼ਾ ਵੀ ਨਾਲ ਆਈ ਉਹ ਵੀ ਬੈੱਡ ਤੇ ਹੇਟ ਸੁੱਤੀ ਪਈ ਹੈ ਜਿਹੜੇ ਵਲੇ ਮੈਂ ਪੈਕੇਟ ਖੋਲਿਆ ਨਾ ਤਾਂ ਉਹ ਵੀ ਖੁਸ਼ਬੂ ਸੁੰਘ ਕੇ ਭੱਜ ਕੇ ਆ ਗਈ ਇਹ ਦੇ ਦੇ ਪਏ ਇਹ ਮਾਸ਼ਾਅੱਲਾ ਦੁਹਾ ਕਿਵੇਂ ਇੰਜੋਏ ਕਰਦੇ ਆਪਣੇ ਨਵਾਂ ਖਾਣਾ ਹੈਪੀ ਆਇਸ ਸਿਰਫ ਔਰ ਸਿਰਫ ਵੱਡੇ ਗੋਸ਼ਤ ਦਾ ਬੜਾ ਵਾ ਹੈ ਬੀਫ ਦਾ ਇਤਾਂ ਜੀ ਰੋਜ਼ੇ ਵਾਸਤੇ ਫਰਮਾਇਸ਼ ਥਾ ਇਹ ਕਿ ਸਾਕੂ ਜੋ ਹੈ ਨਾ मिंट मारगरीटा भी अच्छा चाहिए वह मैं जल्दी ना बढ़ा कि इंधी रेसिपी तो को वाले चैनल पर पूरी रेसिपी मिलती बहु ही मज़ेद बनता है तो बहुत ज्यादा सुकून मिलता है पी के अच्छा जी इतनी इफ्तारी भी झटपट तैयार थी ये तो, आ, तो एक व्यू दिखावल चा य तो साढ़े दे पाए जड़े फ्रूट वगैरह गिन के आए हैं जी मेरी धीए फ्रेंच फ्राइज भी बड़ा ही खड़ी है क्योंकि तक को पता है बाला को कुत ਰੋਜ਼ਾ ਦੀ ਵਜਨ ਨਾਲ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਖਾਵਣ ਦਾ ਉਹਨਾਂ ਇਫਤਾਰੀ ਚ ਬੜਾ ਕੇ ਰੱਖ ਲیتے ਨਾ ਚਾ ਜੀ ਇਹ ਜੀ ਸਾਡੇ ਆਜ ਦੇ ਇਫਤਾਰੀ ਅੱਲਾਹ ਤਾਲਾ ਸਾਕੂ ਵੀ ਨਸੀਬ ਕਰੇ ਤੁਸਾਂ ਸਾਰਿਆਂ ਕੋ ਵੀ ਨਸੀਬ ਕਰੇ ਬਹੁਤ ਚੰਗੇ ਤੁਹਾਡੇ ਰੋਜ਼ੇ ਵਜਨ ਸਾਰੇ ਵੀ ਬਹੁਤ ਚੰਗੇ ਰੋਜ਼ੇ ਵਜਨ ਇਹ ਹੈ ਜੀ ਗੰਢੇਰੀ ਜਿਹੜੀ ਮੈਂ ਅੱਜ ਘਿੰਕੇ ਆਈ ਹਾਂ ਮੀ ਇਹਦੇ ਕੋਈ ਤੁਕ ਤਾਂ ਨਹੀਂ ਬੜਦੇ ਲੇਕਿਨ ਬੈਰਹਾਲ ਜੇ ਤੇ ਮੈਂ ਨਾ ਖਾਵਣਾ ਮੈਨੂੰ ਕੋ ਮਜ਼ਾ ਨਹੀਂ ਆਉਂਦਾ ਚਲੋ ਇਥੇ ਬੜਾ ਖਿਆਲ ਰੱਖਾਏ ਅੱਲਾ ਹਾਫਿਜ਼